थैंक यू। काजू कतरी ले ली, होर की लेना है? और कुछ नहीं लेना। पक्का? पक्का। सोचो 101% ਸ਼ਕਾਲ ਆਦਾਬ ਨਮਸਕਾਰ ਕੀ ਹਾਲ ਚਾਲ ਸਾਰਿਆਂ ਦਾ। ਆਈ ਹੋਪ ਤੁਸੀਂ ਠੀਕ ਹੋਵੋਗੇ। ਆਪਾਂ ਅੱਜ ਦਿਨ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਿਨ ਦੀ ਸ਼ੁਰੂਆਤ ਇਹ ਹੈ ਕਿ ਮੈਂ ਆ ਗਿਆ ਮੋਹਾਲੀ ਰਾਤ। ਬਸ ਰਾਤ ਮੈਂ ਫਿਰ ਵੀਡੀਓ ਦਾ ਐਡ ਨਹੀਂ ਕੀਤਾ ਹੈਗਾ। ਉਹਦਾ ਰੀਜ਼ਨ ਇਹ ਸੀ ਕਿ ਮੇਰਾ ਮੂਡ ਆਫ ਸੀਗਾ, ਮੇਰਾ ਸੀਰੀਅਸਲੀ ਬਹੁਤ ਮੂਡ ਆਫ ਸੀਗਾ, ਤਾਂ ਕਰਕੇ ਮੈਂ ਰਾਤ ਵੀਡੀਓ ਦਾ ਐਡ ਨਹੀਂ ਕੀਤਾ। ਅਤੇ ਅਸੀਂ ਪਹੁੰਚੇ ਵੀ ਰਾਤ ਸਵੇਰੇ 4 ਵਜੇ ਸੀਗੇ ਵੋਲਵੋ ਦੇ ਵਿੱਚ, ਰਾਤ 11:30 ਬੈਠੇ ਸੀਗੇ। ਤਾਂ ਉਹ ਤੋਂ ਅਸੀਂ 4 ਵਜੇ ਆ ਕੇ ਇੱਥੇ ਮੋਹਾਲੀ ਆਏ। ਅਤੇ ਅਸੀਂ ਗੱਡੀ ਪਸੰਦ ਕਰੀ ਸੀਗੀ ਉੱਥੇ, ਉਹ ਬੰਦਾ ਪਤਾ ਨਹੀਂ ਕੀ ਸੀ ਕੀ ਨਹੀਂ, ਆਈ ਡੋਂਟ ਨੋ, ਹੈ ਨਾ। ਅਸੀਂ ਪਸੰਦ ਕਰ ਲਈ, ਸਾਡਾ ਬਜਟ ਸੀਗਾ 220 ਦਾ। ਅਤੇ ਉੱਥੇ ਜਾ ਕੇ ਉਹ ਕਹਿੰਦਾ ਜੀ 2.75। ਅਤੇ ਮੈਂ ਚਲੋ ਕੋਈ ਗੱਲ ਨਹੀਂ, ਗੱਡੀ ਬਿਲਕੁਲ ਨਵੀਂ ਸੀ, ਏਜੰਸੀ ਤੋਂ ਨਿਕਲੀ ਸੀਗੀ, ਤਾਂ ਕਰਕੇ ਸਾਨੂੰ ਵੀ ਪਸੰਦ ਸੀਗੀ ਉਹ ਗੱਡੀ। ਤਾਂ ਕਰਕੇ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਅਸੀਂ ਬਜਟ ਵਧਾ ਲੈਂਦੇ ਹਾਂ। ਅਸੀਂ 220 ਦਾ ਸਿੱਧਾ 250 ਕਰਤਾ, ਹੈ ਨਾ। ਉਹ ਕਹਿੰਦਾ 270 ਅਤੇ ਇਸ ਤੋਂ ਥੱਲੇ ਨਹੀਂ, ਮਤਲਬ ਉਹ ਪੱਕਾ ਹੋ ਗਿਆ ਕਿ ਅਸੀਂ ਇਸ ਤੋਂ ਥੱਲੇ ਨਹੀਂ ਜਾਣਾ ਹੈਗਾ ਜੀ, ਜੋ ਮਰਜ਼ੀ ਕਰ ਲਓ। ਅਤੇ ਮਤਲਬ ਉਹਨੇ, ਮਤਲਬ ਤੁਸੀਂ ਲਾ ਲਓ, ਮਤਲਬ ਇੱਕ ਇਨਸਾਨ ਹੁੰਦਾ ਨਾ, ਇਨਸਾਨੀਅਤ ਦੇ ਨਾਤੇ ਉਹ ਬੰਦਾ ਨਹੀਂ ਸੀਗਾ, ਇਨਸਾਨ ਨਹੀਂ ਸੀਗਾ, ਹੈਵਾਨ ਸੀਗਾ। ਅਤੇ ਅਸੀਂ ਵੀ, ਮੈਂ ਕਿਹਾ ਚੱਲ ਛੱਡ ਭਰਿਆ, ਅਸੀਂ ਲੈਣਾ ਹੀ ਨਹੀਂ ਯਾਰ। ਫਿਰ ਉੱਥੋਂ ਬਾਅਦ ਗੁੱਲੀ ਕਹਿੰਦਾ ਨਹੀਂ ਆ, ਚੱਲ ਆਪਾਂ ਐਂ ਕਰਦੇ ਹਾਂ। ਫਿਰ ਵੀ ਮੈਂ ਕੈਬ ਕਰੀ ਸੀ, ਕੈਬ ਆ ਗਈ ਹੈ। ਅਤੇ ਉਸ ਤੋਂ ਬਾਅਦ ਮੈਂ ਕਿਹਾ ਚੱਲ ਐਂ ਕਰਦੇ ਗੁੱਲੀ, 260 ਕਰ ਲੈਂਦੇ, ਕੋਈ ਗੱਲ ਨਹੀਂ। ਅਸੀਂ 260 ਕੀਤਾ, ਉਹ ਕਹਿੰਦਾ ਨਹੀਂ ਮੈਂ ਵੀ 270 ਹੀ ਲਊਂ। ਮੈਂ ਠੀਕ ਹੈ ਯਾਰ ਤੂੰ, ਠੀਕ ਨਹੀਂ ਫਿਰ। ਮੈਂ ਕਿਹਾ ਠੀਕ ਹੈ ਯਾਰ ਤੂੰ, ਜੋ ਤੂੰ ਕਰਨਾ ਉਹ ਤੂੰ ਕਰ, ਅਸੀਂ ਫਿਰ ਛੱਡ ਕੇ ਵੀ ਹੋਰ ਦੇਖ ਲੈਂਦੇ ਹਾਂ। ਤਾਂ ਫਿਰ ਗੁੱਲੀ ਉੱਥੇ ਹੀ ਹੈ, ਅੱਜ ਉਹ ਗੱਡੀ ਦੇਖਣਗੇ, ਅੱਜ ਪਸੰਦ ਕਰਕੇ ਲੈ ਆਉਣਗੇ। ਅਸੀਂ ਮੈਂ ਇੱਥੇ ਆ ਗਿਆ, ਆਪਾਂ ਇੱਥੇ ਦੇ ਕੰਮ ਕਰਦੇ ਹਾਂ, ਇੱਥੇ ਕੰਮ ਵੀ ਜ਼ਰੂਰੀ ਸੀਗੇ, ਬਾਕੀ ਆਪਾਂ ਇਸ ਬਲੌਗ ਦੇ ਵਿੱਚ ਮਿਲਦੇ ਹਾਂ। ਲਓ ਜੀ ਆਪਾਂ ਆ ਚੁੱਕੇ ਹਾਂ ਥੱਲੇ, ਉੱਥੇ ਜਹਾਜ਼ ਰੰਗਿਆ ਲੱਗਦਾ। ਆ ਜੀ ਆਪਾਂ ਪਹੁੰਚ ਚੁੱਕੇ ਹਾਂ। ਲਓ ਜੀ ਐਕਟੀਵਾ ਮੈਂ ਚੱਕ ਲਈ ਹੈ, ਹੁਣ ਆਪਾਂ ਚੱਲੇ ਹਾਂ ਪਹਿਲਾਂ ਸਟਾਮ ਪੇਪਰ ਲੈਣ, ਉਸ ਤੋਂ ਬਾਅਦ ਨੌਫੇ ਚੱਲਦੇ ਹਾਂ, ਉਸ ਤੋਂ ਬਾਅਦ ਕੁਛ ਖਾਂਦੇ ਹਾਂ। ਧੁੱਪ ਬਹੁਤ ਜ਼ਿਆਦਾ, 1 ਵਜੇ ਤੱਕ ਆਪਾਂ ਜਿੰਨੇ ਜ਼ਿਆਦਾ ਛੇਤੀ ਕੰਮ ਹੋ ਸਕੇ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਰੂਮ 'ਤੇ ਚੱਲਦੇ ਹਾਂ। ਲਓ ਜੀ ਸਟਾਮ ਪੇਪਰ ਤਾਂ ਮੈਂ ਲੈ ਲਿਆ, ਹੁਣ ਸਟਾਮ ਪੇਪਰ ਜ਼ਰੂਰੀ ਸੀਗਾ ਅੱਜ। ਉਹ ਬਾਈ ਰੋਕ ਲੈ, ਇਹਨੂੰ ਬ੍ਰੇਕ ਲਾ ਲਾ ਆਪਦੀ ਨੂੰ, ਦਿਮਾਗ ਸੱਚੀ ਮੇਰਾ ਭਖਿਆ ਪਿਆ ਅੱਜ, ਪਤਾ ਨਹੀਂ ਕਿਉਂ ਰੋਕੀ ਆ ਅੱਜ ਅੱਜ ਮਿਲਦੇ ਪਏ ਹਾਂ, ਮੈਨੂੰ ਤੋਰ ਲੈ। ਅਤੇ ਹੁਣ ਮੈਂ ਪਹਿਲਾਂ ਪੀਊਂਗਾ ਨਾਰੀਅਲ ਪਾਣੀ, ਉਸ ਤੋਂ ਬਾਅਦ ਮੈਂ ਖਾਊਂਗਾ ਰੋਟੀ, ਕਿਉਂਕਿ ਰਾਤ ਵੀ ਨਹੀਂ ਖਾਣਾ ਖਾਧਾ ਸੀਗਾ, ਕੱਲ੍ਹ ਦੁਪਹਿਰੇ ਵੀ ਨਹੀਂ ਖਾਣਾ ਖਾਧਾ ਸੀਗਾ, ਕੱਲ੍ਹ ਸਵੇਰ ਦਾ ਖਾਣਾ ਖਾਧਾ ਹੋਇਆ। ਹੈਲੋ ਸਰ, ਕੀ ਹਾਲ ਹੈ? ਬੜੀਆ ਹੋ? ਦੇ ਦਿਓ ਯਾਰ, ਪਿਲਾ ਦਿਓ ਅੱਜ ਨਾਰੀਅਲ ਪਾਣੀ। ਪਾਣੀ ਧੰਨਵਾਦ ਭਾਈ। ਇਹ ਆਪਣਾ ਹੋ ਗਿਆ ਨਾਰੀਅਲ ਪਾਣੀ। ਮੈਂ ਨਾਰੀਅਲ ਪਾਣੀ ਤਾਂ ਪੀ ਲਿਆ ਯਾਰ, ਨਾਰੀਅਲ ਪਾਣੀ ਪੀ ਕੇ ਥੋੜ੍ਹਾ ਜਿਹਾ ਸਰੀਰ ਨੂੰ ਠੰਡਕ ਮਿਲਦੀ ਆ, ਹੋਰ ਤਾਂ ਚਲੋ ਕੋਈ ਗੱਲ ਨਹੀਂ ਹੈ। ਹੁਣ ਆਪਾਂ ਪਹਿਲਾਂ ਮਨਜੀਤ ਮਨਦੀਪ ਕੋਲ ਚੱਲਦੇ ਹਾਂ, ਬ੍ਰੈਡ ਕਢਾਉਂਦੇ ਹਾਂ, ਉਹ ਤੋਂ ਬਾਅਦ ਫਿਰ ਆਪਾਂ ਉਹ ਤੱਕ ਥੋੜ੍ਹਾ ਜਿਹਾ ਸਿਸਟਮ ਠੀਕ ਹੋ ਜੂਗਾ, ਫਿਰ ਆਪਾਂ ਰੋਟੀ ਖਾਂਦੇ ਹਾਂ, ਫਿਰ ਆਪਾਂ ਦੁਪਹਿਰੇ ਵਾਪਸ ਚੱਲਾਂਗੇ ਕਿਤੇ ਰੂਮ 'ਤੇ ਹੀ ਚੱਲਾਂਗੇ ਯਾਰ ਦੁਪਹਿਰੇ। ਲਓ ਮੈਂ ਆ ਗਿਆ ਨੌਫੇਸ, ਅੱਜ 11 ਤਰੀਕ ਹੋ ਗਈ ਨਾ, ਪਰਸੋਂ ਨੂੰ ਮੈਚ ਆ ਯਾਰ, ਅੱਜ ਜਾਨੀ ਆ ਜੇ। ਲੋਕੀ ਨਾ, ਲੋਕਾਂ ਨੂੰ ਸਬਰ ਨਹੀਂ ਗਾ, ਲੋਕਾਂ ਨੂੰ 1% ਵੀ ਸਬਰ ਨਹੀਂ, ਬਿਲਕੁਲ ਨਹੀਂ, ਖਾਸ ਕਰ ਕੈਬ ਵਾਲਿਆਂ ਨੂੰ, ਕੈਬ ਵਾਲਿਆਂ ਤਾਂ ਬਿਲਕੁਲ ਵੀ ਨਹੀਂ ਗਾ। ਫਿਰ ਇਹ ਬਾਅਦ 'ਚ ਕਹਿੰਦੇ ਹੁੰਦੇ ਕਿ ਹਾਂ ਤੁਹਾਡੀ ਗਲਤੀ ਹੈ ਜੀ, ਤੁਹਾਡੀ ਗਲਤੀ ਹੈ ਜੀ, ਫਿਰ ਐਂ ਗਲਤੀਆਂ ਕੱਢਦੇ ਫਿਰਦੇ ਹੁੰਦੇ ਆ। ਬਾਈ ਦਾ ਵੀ ਪਰਸੋਂ ਮੈਚ ਹੈ, ਦੇਖਦੇ ਹਾਂ ਅੱਜ, ਜੇ ਅੱਜ ਆ ਗਿਆ ਉਹ ਤਾਂ ਠੀਕ ਹੈ, ਨਹੀਂ ਤਾਂ ਫਿਰ ਕੱਲ੍ਹ ਨੂੰ ਟਿਕਟਾਂ ਦੇਖ ਲਵਾਂਗਾ ਮੈਂ, ਨਹੀਂ ਤਾਂ ਫਿਰ ਮਾਚ ਹੀ ਦੇਖਦਾ ਟਿਕਟਾਂ ਦਾ, ਜੇ ਮਿਲ ਗਈਆਂ ਠੀਕ ਹੈ, ਨਹੀਂ ਤਾਂ ਫਿਰ ਸਤਿ ਸ਼੍ਰੀ ਅਕਾਲ ਹੈ ਜੀ। ਹੋ ਜੀ, ਮੈਂ ਪ੍ਰਿੰਟ ਤਾਂ ਉਹਦੇ ਤੋਂ ਕਢਾ ਲਏ ਸੀਗੇ, ਅਤੇ ਹੁਣ ਆਪਾਂ ਚੱਲਦੇ ਹਾਂ ਰੋਟੀ ਖਾਣ, ਰੋਟੀ ਕਿਤੇ ਖਾਣੀ ਹੈ, ਅੱਜ ਮੈਂ ਰੋਟੀ ਖਾਊਂਗਾ। ਇਹਨਾਂ ਨੇ ਬੰਦ ਤੋੜਿਆ ਹੋਇਆ, ਇੱਕ ਤਾਂ ਸਾਰੇ ਕਿਤੇ ਤੋੜ ਫੋੜ ਕਰੀ ਹੋਈ ਹੈ, ਬੰਦਾ ਕਿੱਧਰੋਂ ਕਿੱਥੇ ਜਾਵੇ, ਇੱਧਰੋਂ ਮੈਂ ਜਾਣਾ ਨਹੀਂ, ਉੱਥੇ ਭੀੜ ਹੀ ਬਹੁਤ ਆ, ਉਹ ਪਿੱਛੇ ਤੱਕ ਭੀੜ ਲੱਗੀ ਹੋਈ ਹੈ, ਹੁਣ ਬੱਚਿਆਂ ਛੁੱਟੀਆਂ ਹੋ ਗਈਆਂ ਨਾ, ਬੱਚੇ ਛੁੱਟੀ ਹੋਣੇ ਵਾਲੀ ਹੈ, ਛੋਟੇ ਬੱਚਿਆਂ ਦੀ ਹੋ ਗਈਆਂ, ਅਤੇ ਤਾਂ ਕਰਕੇ
ਆਪਾਂ ਐਂ ਕਰਦੇ ਹਾਂ ਮੈਂ ਕਹਿੰਦਾ ਸ਼ੇਖ ਪੀਰਾ ਯਾਰ ਸ਼ਟ ਬਾਰੇ ਕੀ ਹਾਲ ਹੈ ਕੈਸੇ ਸਰ ਇੱਕ ਕਰ ਦਿਓ ਪਪਾਇਆ ਸ਼ੇਖ और सुनाओ ठीक हो बर्फ डाल देना यार ठंडा कर देना थैंक यू जी शेक पी लिया आप हूँ आप इतों निकल चुके हैं हूँ आप चल रहे सैक्टर 88 घरे वापस धुप बहुत है गर्मी बहुत है ता करके वापस चलते हैं हर एक जगह भीड़ हर एक जगह भीड़ बहुत ज़्यादा तेज है यार धुप इन्नी तेज कभी धुप आ जाती है चली जाती आ जाती चली जाती है मे भी बदल करके है बदल भी थोड़े मोटे है आसमान के अमराज है किसी को कोई पता नहीं किधर जाना किधर नहीं है कंधा जवाते फिरते आपस मैं वापिस आ गया रूम से क्योंकि बाहर बहुत ज्यादा गर्मी है बहुत ज्यादा हले एक बज रहा तीन साढ़े तीन चार बजे तो बाद निकलेंगे एक दो काम होर करने हैं तो हम आप आराम रेस्ट करते हैं बाकी लेके चलते थे चार बजे जी मैं उठ चुके मैं एक्चुअली क्या सी सो बज रहा साढ़े छः मैंने पता नहीं किन्नी कॉल आई मैंने नहीं पता है होश च नहीं क्योंकि कल की थकावट है हूँ तक उतरी नहीं हूँ मैं जाना अनंत को अनंत जाके मार्केट को कहने उस तो बाद जाके मैं कुछ नहीं करा मैं वापस आ जाऊँगा अद दिन बस रेस्ट रेस्ट मोड जी मैं दोबारा निकल चुके हैं शाम के साढ़े छः पौने सत्त होने वाले हैं आई एम नॉट वैल मैं ठीक नहीं अच्छ मैं पीना ही पीनी है अच्छे जो मर्जी हो जाए अच्छे मैं लेनी पैनी है रेडबुल मेरा सिस्टम ठीक होना नहीं लो जी हम आप आ गए 69 सेक्टर लो जी साढ़े सत्त बजे वाले साढ़े सत्त बजे दी हले तो हूँ आप मैं तो नत्त निकल चुके हैं मार्केट थोड़ा जी चीज़ा लेनिया तो खाना पीना तो आप बहर कुछ नहीं है ना कुछ नहीं बहर का खाना है तो फिर आप अनंत समान दवा के आप चलते वापिस मौसम भी खराब है तो टाइम नाल चलते बारिश आने की पूरी संभावना है तमाम खराब हो गया मेरा ब्लॉग नहीं बनता है आ जाओ भाई काजू कतली ले ली होर की लेना बक्का सोचो एक सौ एक परसेंट हज़ार परसेंट ठीक है लो जी आप मिठाई लेके सारा समान लेके निकल चुके हैं हूँ आप जा रहे हैं वापस बारों बार चलते ना अंदर तक की कर जाना आप हूँ आप चले हैं घर अनंत छड़ते हैं तो बाद मैं जाना लो जी असं आ गए हैं वापस रात का समय असं समान ले आए वीडियो नहीं आ रहे हैं मेरी रेडबुल मेरे नाल है अनंत भी साढ़े नाल है हूँ अनंत ड्रॉप करके फिर मैं वापस जाऊँगा ठगे ये 100 करोड़ देवी देवता कृपा करो लो जी आप निकल चुके हैं हूँ मैं जा रहा घर अनंत छड़ता है रात के 8:30 हो गए लो जी मैं पहुँच चुके हैं सेक्टर 88 लो जी मैं आ गया रूम से आज तक ठीक से कुछ खास नहीं सी ऑलरेडी मैं बहुत ज़्यादा थकिया हुआ दोपहर भी मैं सुता रहा हूँ भी बस मैं सो जाना बस थोड़े टाइम के बच्चे बाकी कल मिलते नवे ब्लॉग के गुली कटी लिया गुली बहुत बहुत मुबारक कल आप गुली मिलते हैं
तो बाकी कल मिलते नवे ब्लॉग के नवी जगह टाइम हालात इस बात लेके होंगे बाय 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 बाय।